ਡਿਸਟ੍ਰਿਕਟ ਟੈਕਟੇਸ਼ਨ ਬਾਰ ਐਸੋਸੀਏਸ਼ਨ ਸੇਲ ਟੈਕਸ ਲੁਧਿਆਣਾ ਵੱਲੋਂ ਸਥਾਨਕ ਹੋਟਲ ਵਿਖੇ ਇੱਕ ਸੈਮੀਨਾਰ ਰੱਖਿਆ ਗਿਆ, ਜਿਸ ਵਿੱਚ ਐਨੂਅਲ ਰਿਟਰਨ, TDS, TCS, ਅੰਡਰ GST ਐਕਟ ਅਤੇ ਕਿਸੇ ਵਕਤ ਮਹਿਕਮੇ ਦੇ ਸੰਬੰਧਿਤ ਅਧਿਕਾਰੀਆਂ ਵੱਲੋਂ ਰੇਡ ਕਰਨ ਮੌਕੇ ਸਾਡੇ ਕੋਲ ਕਿਹੜੇ ਕਿਹੜੇ ਡਾਕੂਮੈਂਟ ਹੋਣੇ ਜ਼ਰੂਰੀ ਹਨ ਬਾਰੇ ਮਿਸਟਰ ਯੋਗੇਸ਼ ਛਾਬੜਾ, ਮਿਸਟਰ ਅਰਨ ਕੰਵਲ, ਮਿਸਟਰ ਜਸਵਿੰਦਰ ਸਿੰਘ ਅਤੇ ਦਿੱਲੀ ਤੋਂ ਆਏ ਵਿਸ਼ੇਸ਼ ਐਕਸਪਰਟ ਮਿਸਟਰ ਯੋਗੇਸ਼ ਜੈਨ ਅਤੇ ਬਿਮਲ ਜੈਨ ਵੱਲੋਂ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ। ਮੈਂ ਯੋਗੇਸ਼ ਅਰੋੜਾ ਐਡਵੋਕੇਟ, ਲੁਧਿਆਣਾ DTBA ਸੇਲ ਟੈਕਸ ਬਾਰ ਐਸੋਸੀਏਸ਼ਨ ਤੋਂ ਫਾਈਨਾਂਸ ਸੈਕਟਰੀ ਹੈ। ਅੱਜ ਦਾ ਫੰਕਸ਼ਨ ਰੱਖਿਆ ਗਿਆ, 350 ਦੇ ਉੱਤੇ ਵਕੀਲ ਪੂਰੇ ਪੰਜਾਬ 'ਚੋਂ ਇਕੱਠੇ ਹੋਏ ਆ, ਜਿਨ੍ਹਾਂ ਨੂੰ ਐਨੂਅਲ ਰਿਟਰਨ ਦੇ ਬਾਰੇ ਗਾਈਡਲਾਈਨਸ ਦਿੱਤੀ ਜਾ ਰਹੀ ਹੈ। ਬਿਮਲ ਜੈਨ ਜੀ ਜਿਹੜੇ ਕਿ ਦਿੱਲੀ ਤੋਂ ਆਏ ਆ ਸਪੈਸ਼ਲ ਸਾਨੂੰ ਗਾਈਡਲਾਈਨਸ ਦੇਣ ਲਈ, ਔਰ ਸਮਾਰਟ ਬਿਜ ਟੈਕਨੋਲੋਜੀ ਤੋਂ ਯੋਗੇਸ਼ ਜੈਨ ਜੀ ਜਿਨ੍ਹਾਂ ਨੇ ਸਾਨੂੰ ਗਾਈਡਲਾਈਨਸ ਦਿੱਤੀ ਵੀ ਕਿੱਦਾਂ GST 9 ਦੀ ਐਨੂਅਲ ਰਿਟਰਨ ਫਾਈਲ ਕੀਤੀ ਜਾ ਸਕਦੀ ਹੈ, ਕੀ ਪ੍ਰੋਬਲਮਸ ਆ ਸਕਦੀਆਂ। ਜਦ ਦਾ GST ਲੱਗਿਆ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ, ਉਹਨਾਂ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰਨ ਦੀ ਗਵਰਨਮੈਂਟ ਦੀ ਬੜੀ ਕੋਸ਼ਿਸ਼ਾਂ ਚੱਲਦੀਆਂ। ਉਸ ਤੋਂ ਇਲਾਵਾ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ, ਜਦੋਂ ਅਸੀਂ ਐਨੂਅਲ ਰਿਟਰਨ ਜਾਂ ਕੋਈ ਵੀ ਰਿਟਰਨ ਫਾਈਲ ਕਰਨ ਲੱਗਦੇ ਹਾਂ, 3B ਐਨੂਅਲ ਰਿਟਰਨ ਕੁਛ ਵੀ ਹੈ, ਤਾਂ ਉਹ ਲਾਸਟ ਡੇਟ 'ਤੇ ਆ ਕੇ ਸਰਵਰ ਹਮੇਸ਼ਾ ਪ੍ਰੋਬਲਮ ਕਰਦਾ ਵੈ, ਅਤੇ ਉਸ ਪ੍ਰੋਬਲਮ ਦਾ ਕਾਰਨ ਇਹੀ ਹੈ ਵੀ ਬਹੁਤ ਸਾਰੇ ਪੀਪਲ ਹਮੇਸ਼ਾ ਲਾਸਟ ਮੌਕੇ 'ਤੇ ਆਉਂਦੇ ਆ। ਜੇ ਇਹੀ ਉਹ ਟਾਈਮ 'ਚ ਰਿਟਰਨ ਫਾਈਲ ਕਰਨ ਤਾਂ ਇਹ ਦਿੱਕਤ ਨਾ ਆਵੇ ਅਤੇ ਰਿਟਰਨ ਨਾ ਈਜ਼ਲੀ ਫਾਈਲ ਹੋ ਸਕੇ। ਥੈਂਕ ਯੂ ਸੋ ਮਚ। ਮੈਂ ਅਰੁਣ ਕੰਵਲ, ਐਡਵੋਕੇਟ, ਪ੍ਰੈਜੀਡੈਂਟ, ਡਿਸਟ੍ਰਿਕਟ ਟੈਕਸੇਸ਼ਨ ਬਾਰ ਐਸੋਸੀਏਸ਼ਨ ਸੇਲ ਟੈਕਸ ਲੁਧਿਆਣਾ। ਅੱਜ ਅਸੀਂ ਇੱਕ ਸੈਮੀਨਾਰ ਕਰਾਉਣ ਜਾ ਰਹੇ ਹਾਂ GST ਦੇ ਉੱਤੇ, ਆਲਰੇਡੀ ਇਨ ਪ੍ਰੋਸੈਸ ਹੈ। ਪੰਜਾਬ ਟੈਕਸ ਬਾਰ ਐਸੋਸੀਏਸ਼ਨ ਸਾਡੀ ਉਹਦੇ ਨਾਲ ਐਸੋਸੀਏਟ ਹੋ ਕੇ ਕਰ ਰਹੇ ਹਾਂ। ਪੂਰੇ ਪੰਜਾਬ ਹਰਿਆਣੇ ਤੋਂ ਕੈਂਡੀਡੇਟਸ ਆਏ ਹੋਏ, ਈਵਨ ਗਾਜ਼ੀਆਬਾਦ ਦਿੱਲੀ ਤੋਂ ਵੀ ਐਡਵੋਕੇਟਸ ਆਏ ਹੋਏ ਇਸ 'ਚ ਪਾਰਟੀਸਪੇਟ ਕਰਨ ਲਈ। ਇਸ ਵਿੱਚ ਜਿਹੜੀ ਐਨੂਅਲ ਰਿਟਰਨ ਭਰੀ ਜਾ ਰਹੀ ਹੈ, 31 ਦਸੰਬਰ ਜੀ ਦੀ ਲਾਸਟ ਡੇਟ ਹੈ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਵੀ ਉਸਨੂੰ ਭਰਨ ਲੱਗਿਆ ਕੀ ਪ੍ਰੀਕੋਸ਼ਨਸ ਲਿੱਤੇ ਜਾਣੇ ਚਾਹੀਦੇ ਹੈ, TDS, TCS, ਅੰਡਰ GST ਐਕਟ ਉਸ ਲਈ ਕੀ ਪ੍ਰੀਕੋਸ਼ਨਸ ਲੈਣੇ ਹੈ। ਉਸ ਤੋਂ ਇਲਾਵਾ ਜਦੋਂ ਕਿਸੇ ਦੇ ਡਿਪਾਰਟਮੈਂਟ ਰੇਡ ਕਰਦਾ, ਸਰਵੇ ਕਰਦਾ, ਉਦੋਂ ਆਪਾਂ ਕੀ ਲੀਗਲ ਰਿਕੁਆਇਰਮੈਂਟਸ ਨੂੰ ਪੂਰਾ ਕਰਨਾ ਔਰ ਕੀ ਪ੍ਰੀਕੋਸ਼ਨਸ ਲੈਣੇ ਹੈ, ਉਹਦੇ ਬਾਰੇ ਸਾਰੇ ਐਡਵੋਕੇਟਸ ਨੂੰ ਜਾਣੂ ਕੀਤਾ ਜਾ ਰਿਹਾ। ਮੈਂ ਜਸਵਿੰਦਰ ਸਿੰਘ, ਵਾਈਸ ਪ੍ਰੈਜੀਡੈਂਟ, DTBA ਸੇਲ ਟੈਕਸ ਲੁਧਿਆਣਾ। ਐਜ਼ ਰਿਗਾਰਡਸ ਟੂ GST ਜਦੋਂ ਲੱਗਿਆ ਅਤੇ ਅੱਜ ਵਿੱਚ ਬਹੁਤ ਕੁਛ ਬਦਲਿਆ, ਕਿਉਂਕਿ ਬਹੁਤ ਨਵਾਂ ਐਕਟ ਸੀਗਾ, ਹੌਲੀ ਹੌਲੀ ਪਤਾ ਲੱਗਦਾ ਕਿੱਥੇ ਕਿੱਥੇ ਤਕਲੀਫਾਂ ਆ ਰਹੀਆਂ, ਗ੍ਰੈਜੂਅਲੀ ਚੇਂਜ ਹੋ ਰਹੀਆਂ ਨੇ। ਜਿੰਨੀਆਂ ਕੰਪਲੈਕਸਿਟੀ ਸੀਗੀਆਂ ਸਰਕਾਰ ਨੂੰ ਹੌਲੀ ਹੌਲੀ ਰਿਫਾਈਨ ਕਰ ਰਹੀ ਹੈ ਅਤੇ ਉਹਨੂੰ ਸਟ੍ਰੀਮਲਾਈਨ ਕਰ ਰਹੀ ਹੈ, ਅਤੇ ਸਾਡੇ ਹਿਸਾਬ ਨਾਲ ਹਾਲੇ ਵੀ 6 ਮਹੀਨੇ ਲੱਗਣਗੇ ਇਹਨੂੰ ਪ੍ਰੋਪਰ ਸੈੱਟ ਹੋਣ ਲੱਗਿਆਂ। ਲੋਕਾਂ ਨੂੰ ਬੜੀ ਤਕਲੀਫਾਂ ਆ ਰਹੀਆਂ ਨੇ ਅਤੇ ਕਾਫੀ ਲੋਕ ਇਹਨੂੰ ਝੇਲ ਰਹੇ ਹੈਗੇ ਆ, ਲੇਕਿਨ ਇਹ ਸਾਰਾ ਚੀਜ਼ ਨੂੰ ਸੈੱਟ ਹੋਣ ਲੱਗਿਆ ਮੇਰੇ ਹਿਸਾਬ ਨਾਲ ਅੱਗੋਂ ਹਲੇ ਘੱਟੋ ਘੱਟ March 19 ਆ ਜਾਏਗੀ ਇਹਨੂੰ ਸਾਰਾ ਕੁਛ ਸੈੱਟ ਹੁੰਦੇ, ਲੇਕਿਨ ਗ੍ਰੈਜੂਅਲੀ ਇਹ ਐਕਟ ਅੱਛਾ ਰਹੇਗਾ ਅਤੇ ਸਾਰਿਆਂ ਵਾਸਤੇ ਫਾਇਦੇ 'ਚ ਰਹੇਗਾ। ਲੋਕਾਂ ਨੂੰ ਇਹੀ ਕਹਾਂਗੇ ਵੀ ਥੋੜ੍ਹਾ ਜਿਹਾ ਪੇਸ਼ੈਂਸ ਰੱਖਣ, ਵੀ ਟਾਈਮ ਰੱਖਣ, ਬਿਕੋਜ਼ ਆਈ ਅੰਡਰਸਟੈਂਡ ਕਿ ਲੋਕਾਂ ਨੂੰ ਤਕਲੀਫ ਆ ਰਹੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ, ਲੇਕਿਨ ਹੱਲ ਨਹੀਂ ਹੈ ਕੋਈ ਸਵਾਏ ਪੇਸ਼ੈਂਸ ਰੱਖਣ ਤੋਂ ਔਰ ਹੌਲੀ ਹੌਲੀ ਇਸ ਚੀਜ਼ ਨੂੰ ਸਮਝਣ ਤੋਂ, ਔਰ ਘੱਟੋ ਘੱਟ ਜਿਹੜਾ ਇਹ 2 ਨੰਬਰ ਦਾ ਕੰਮ ਹੈ ਰੁਕਣਾ ਇਸ ਲਈ ਹੈ, ਜੇ ਸਾਰਾ ਕੁਝ ਅਸੀਂ ਪ੍ਰੋਪਰਲੀ ਕਰਾਂਗੇ ਤਾਂ, ਜੇ ਇਹਨੂੰ ਫੋਲੋ ਕਰਾਂਗੇ ਤਾਂ, ਅਤੇ ਸਾਰਿਆਂ ਵਾਸਤੇ ਅਲਟੀਮੇਟਲੀ ਬੈਨੀਫਿਟ ਹੈ। ਮੈਂ ਅਸ਼ੋਕ ਕੁੜੇਰ, ਐਡਵੋਕੇਟ, ਸੈਕਟਰੀ DTBA ਸੇਲ ਟੈਕਸ ਲੁਧਿਆਣਾ। ਅੱਜ ਜਿਹੜਾ ਸੈਮੀਨਾਰ ਹੋਣ ਜਾ ਰਿਹਾ ਹੈ, ਪੰਜਾਬ ਟੈਕਸ ਬਾਰ ਅਤੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਮਿਲ ਕੇ ਕਰਵਾ ਰਹੀ ਹੈ। ਇਹਦੇ ਵਿੱਚ ਅਸੀਂ ਸਰਚ ਐਂਡ ਸੀਜ਼ਰਸ, ਐਨੂਅਲ ਰਿਟਰਨ ਅਤੇ ਟੈਕਸ ਚੋਰੀ ਰੋਕਣ ਬਾਰੇ ਅਸੀਂ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਕਿ ਉਹ ਟੈਕਸ ਦੀ ਚੋਰੀ ਨਾ ਕਰਨ ਅਤੇ ਟਾਈਮ ਸਿਰ ਆਪਣੀ ਰਿਟਰਨ ਫਾਈਲ ਕਰਨ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਹਰਜੀਤ ਦੁਗਰੀ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।